ਇਸ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੀ ਕਿਹਾ ਜਾਏਗਾ ਕਿ ਅੱਜ ਵੀ ਉਹਨਾਂ ਦੇ ਚਿਹਰੇ 'ਚ ਲਗਭਗ 20 ਤੋਂ 22 ਛਰੇ ਹਨ। ਗੱਲ ਮੈਂ ਦੂਸਰੀ ਵੀ ਨਾਲ ਇੱਕ ਜੋੜਦਾ, ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਸ਼ਹੀਦ, ਉਹਨਾਂ ਨੂੰ ਹੀ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਸ਼ਹੀਦ ਨਾਲ ਮਿਸਿਜ ਇੰਦਰਾ ਗਾਂਧੀ ਦੇ ਨਿਵਾਸ ਸਥਾਨ 'ਤੇ ਗੋਲੀਆਂ ਮਾਰੀਆਂ ਗਈਆਂ। ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਮੌਕੇ 'ਤੇ ਸ਼ਹੀਦ ਹੋ ਗਏ। ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਨੂੰ ਰੀੜ੍ਹ ਦੀ ਹੱਡੀ ਦੇ ਅਖੀਰਲੇ ਮਣਕੇ ਵਿੱਚ ਗੋਲੀ ਵੱਜੀ, ਉਹ ਗੋਲੀ ਉੱਥੇ ਹੀ ਫਸ ਗਈ। ਅਖੀਰਲੇ ਮਣਕੇ 'ਚ ਗੋਲੀ ਫਸਣ ਦਾ ਮਤਲਬ ਹੁੰਦਾ ਕਿ ਪੈਰਾਲਾਈਜ਼ਡ ਹੋ ਜਾਣਾ। ਡਾਕਟਰਾਂ ਨੇ ਗੋਲੀ ਕੱਢਣ ਤੋਂ ਵੀ ਨਾ ਕਰ ਦਿੱਤੀ ਕਿ ਮੌਤ ਹੋ ਜਾਏਗੀ। ਭਾਰਤ ਸਰਕਾਰ ਨੇ ਵੀ ਕਿਹਾ ਕਿ ਹਲੇ ਨਾ ਕੱਢੋ ਕਿਉਂਕਿ ਅਸੀਂ ਇਸ 'ਤੇ ਮੁਕੱਦਮਾ ਚਲਾਉਣਾ, ਇਹਨੂੰ ਜ਼ਿੰਦਾ ਰੱਖਣਾ। ਦਾਸ ਭਾਈ ਸਾਹਿਬ ਭਾਈ ਸਤਵੰਤ ਸਿੰਘ ਗੇਰ ਸਿੰਘ ਨਾਲ ਇੱਕੋ ਸੈੱਲ 'ਚ ਵੀ ਰਹੇ ਹਾਂ ਅਤੇ ਇੱਕੋ ਥਾਂ 'ਤੇ ਵੀ ਰਹੇ ਹਾਂ, ਤਿਹਾੜ ਜੇਲ੍ਹ ਨੰਬਰ 3 ਫਾਂਸੀ ਚੱਕੀਆਂ ਦੀ 3ਰੀ ਕੈਦ। ਕੋਈ ਇਲਾਜ ਨਹੀਂ ਹੋਇਆ, ਜ਼ਖਮ ਅੱਲਾ ਰਿਹਾ, ਤਾਪ ਚੱਲਦਾ ਰਿਹਾ, ਉਹਨਾਂ ਸਾਰੇ ਆਈਸੋਲੇਟ ਰਹੇ ਹਾਂ, ਇੱਕ ਦੂਜੇ ਨੂੰ ਮਿਲਦੇ ਨਹੀਂ ਸਨ, ਬੈਰਕਾਂ ਹੀ ਇਕੱਠੀਆਂ ਸਨ। ਉਹਨਾਂ ਨੇ ਆਪਣੀ ਉਂਗਲ ਨਾਲ ਜਿੱਥੇ ਹੱਥ ਜਾਣਾ ਛਿਲ 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 ਕੇ ਇੱਕ ਦਿਨ ਗੋਲੀ ਆਪੇ ਕੱਢ ਲਈ। ਸਜਰਾ ਇਤਿਹਾਸ ਬਿਆਨ ਕਰ ਰਿਹਾ, ਗਵਾਹ ਤਸਦੀਕ ਹੈ ਇਸ ਗੱਲ ਦੀ। ਗੋਲੀ ਕੱਢ ਕੇ ਜੈਕਾਰਾ ਛੱਡਿਆ, ਅਸੀਂ ਪੁੱਛਿਆ ਕੀ ਹੋਇਆ, ਕਹਿੰਦਾ ਮੈਂ ਗੋਲੀ ਕੱਢ ਲਈ ਜਿਹੜੀ ਵੱਜੀ ਸੀ, ਡਾਕਟਰ ਐਵੇਂ ਕਹੀ ਜਾਂਦੇ ਆ। ਅਸੀਂ ਉਹ ਗੋਲੀ ਉੱਥੇ ਛੁਪਾ ਲਈ। ਚਲੋ ਲੰਬੀ ਕਹਾਣੀ ਹੈ, ਕਦੇ ਫਿਰ ਕਰਾਂਗੇ। ਨਾ ਤਾਂ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਨੂੰ ਉਸ ਜ਼ਹਿਰ ਨੇ ਅਸਰ ਕੀਤਾ, ਅਤੇ ਤੁਹਾਡੇ ਸਾਹਮਣੇ ਲਾਈਵ ਹਨ ਭਾਈ ਸਵਿੰਦਰ ਸਿੰਘ ਜੀ, ਕਿ ਉਹ ਗੋਲੀਆਂ ਦਾ ਜ਼ਹਿਰ ਵੀ ਖਾਲਸੇ ਦੇ ਜਜ਼ਬਾਤ 'ਤੇ, ਗੁਰੂ ਦੀ ਬਖਸ਼ਿਸ਼ 'ਤੇ ਅਸਰ ਨਹੀਂ ਕਰ ਸਕਿਆ।